ਤੂੜੀ ਵਾਲੇ ਰੀਪਰ ਮਾਲਕਾਂ ਦੇ ਇੱਕ ਦੋ ਸੁਨੇਹੇ ਹੋਰ ਆਏ ਸੀ, ਕਹਿੰਦੇ ਬਾਈ ਜੀ ਸਾਨੂੰ ਨਾ ਲੋਕ ਉਵੇਂ ਡੀਲ ਨਹੀਂ ਕਰਦੇ, ਸੀਰੀਅਸ ਨਹੀਂ ਲੈਂਦੇ, ਵੀ ਜਦੋਂ ਤਾਂ ਇਹਨਾਂ ਦੇ ਕੰਪੈਨ ਆਉਣੀ ਹੁੰਦੀ ਆ ਕਣਕ ਜੀਰੀ ਵੱਢਣ ਮਸ਼ੀਨ ਵੱਡੀ, ਉਦੋਂ ਤਾਂ ਇਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਜਿਵੇਂ ਸ਼ਾਹਰੁਖ ਖਾਨ ਦੀ ਪਠਾਨ ਮੂਵੀ ਆਉਂਦੀ ਹੋਵੇ, ਅਤੇ ਜਦੋਂ ਕਹਿੰਦੇ ਅਸੀਂ ਤੂੜੀ ਵਾਲੀ ਲੈ ਕੇ ਜਾਂਦੇ ਹਾਂ ਉਦੋਂ ਮੂੰਹ ਐਂ ਕਰ ਲੈਣਗੇ ਜਿਵੇਂ ਪਿਪਲੀ ਲੈਬ ਚੱਲਣ ਵਾਲੀ ਹੁੰਦੀ ਆ। ਸੋ ਇਹ ਵੀ ਇਹਨਾਂ ਨਾਲ ਧੱਕੇ ਆ। ਦੂਜੀ ਗੱਲ ਉਹ ਕਹਿੰਦੇ ਵੀ ਕੰਪੈਨ ਵਾਲਿਆਂ ਕੋਲ ਤਾਂ ਜਦੋਂ ਡਰੰਮ ਭਰਦਾ ਅਲਾਰਮ ਹੁੰਦਾ, ਕਹਿੰਦੇ ਇੱਧਰ ਸਾਡੀ ਟਰਾਲੀ ਭਰ ਜਾਂਦੀ ਆ, ਮੁੰਡੇ ਆਰਾਮ ਨਾਲ ਮੋਟਰ 'ਤੇ ਮੰਜੇ 'ਤੇ ਮੋਬਾਈਲਾਂ ਨਾਲ ਲੱਗੇ ਰਹਿੰਦੇ ਨੇ, ਜਦੋਂ ਜੀ ਕਰਦਾ ਝਾਕ ਪਏ ਤਾਂ ਬਦਲ ਲੈਂਦੇ ਨੇ, ਨਹੀਂ ਖੜ੍ਹੇ ਰਹਿੰਦੇ ਕੂਕਾਂ ਮਰੀ ਜਾਂਦੇ ਆ। ਸੋ ਇਹਦਾ ਹੱਲ ਅਸੀਂ ਬਹੁਤ ਛੇਤੀ ਕਰ ਰਹੇ ਹਾਂ ਜੀ। ਇੱਕ ਤਾਂ ਮਸ਼ੀਨਾਂ ਵਾਲਿਆਂ ਮੈਨੂੰ ਵੀ ਮੇਰੀ ਬੇਨਤੀ ਆ, ਨਹੀਂ ਤਾਂ ਅਸੀਂ ਪੀ ਵੀ ਵੱਲੋਂ ਮਸ਼ੀਨਾਂ ਬਣਾਉਣੀਆਂ ਨੇ, ਉਹਦੇ 'ਚ ਅਸੀਂ ਮਸ਼ੀਨ ਦੇ ਨਾਲ ਦੋ IPL ਵਾਲੀਆਂ ਡਾਂਸਰਾਂ ਦਿਆ ਕਰਾਂਗੇ ਜਿਹੜੀਆਂ ਐਂ ਖਾਲ 'ਤੇ ਖੜਾ ਕਰਨੀਆਂ, ਜਦੋਂ ਟਰਾਲੀ ਭਰ ਗਈ ਉਹ ਨੱਚਿਆ ਕਰਨਗੀਆਂ, ਫਿਰ ਆਪਦੇ ਆਪ ਹੀ ਪਤਾ ਲੱਗ ਗਿਆ ਕਿ ਉਹਨਾਂ ਦੀ ਤਾਂ ਨਿਗਾਹ ਰੱਖਿਆ ਹੀ ਕਰਨਗੇ ਇਹ। ਸੋ ਅਸੀਂ ਇਹ ਬਹੁਤ ਜਲਦੀ ਸਰਕਾਰ ਨਾਲ, ਨਹੀਂ ਸਰਕਾਰ ਨਾਲ ਤਾਂ ਕੀ ਮਿਲਣਾ, BCICA ਨਾਲ ਮਿਲ ਕੇ IPL ਤੋਂ ਬਾਅਦ ਦੋ ਦੋ ਉਧਾਰੀ ਛਮਾਹੀ ਛਮਾਹੀ ਦੇ ਹਿਸਾਬ 'ਤੇ ਉਹਨਾਂ ਤੋਂ ਦੋ ਦੋ ਮਤਲਬ ਮਸ਼ੀਨ ਨਾਲ ਅਸੀਂ ਭੇਜਿਆ ਕਰਾਂਗੇ ਜਿਹੜੇ PV ਦੀਆਂ ਮਸ਼ੀਨਾਂ ਖਾਲਾਂ 'ਤੇ। ਇੱਥੇ ਦੇਖਿਓ IPL ਹੀ ਚੱਲਿਆ ਕਰੂਗਾ ਯਾਰ, ਫਿਰ ਦੇਖੀ ਜਾਊ ਯਾਰ, ਜਾਂ ਫਿਰ ਆਂਡਿਆਂ ਵਾਲੀ ਜਾਂ ਭਾਂਡੇ ਵਾਲੀ, ਊਂ ਵੀ ਕਿਹੜਾ ਕੁਛ ਬਚਦਾ, ਬੱਲੀ ਬਾਣੀਏ ਦੀ ਪਸ਼ੂਆਂ ਦੇ ਕਰਚੇ ਜੱਟ ਮੋਟਰ ਤੋਂ ਲਿਆਉਣਾ ਪੈਂਦਾ ਫੜ ਕੇ, ਤੋ ਧੱਕਾ ਹੀ ਨਹੀਂ ਜੀ, ਉੱਠੋ ਯਾਰ ਫਿਰ।